ਨਤੀਜਾ ਮੇਰਾ ਅੱਜ ਦਾ ਇਕੱਠ ਦਾ ਪ੍ਰੋਗਰਾਮ ਸੀ ਕਿ ਤੁਸੀਂ ਸਾਰਿਆਂ ਜਿਤਨੀ ਮਿਹਨਤ ਕੀਤੀ ਏ ਔਰ ਜਿਤਨੀ ਪਾਰਟੀ ਮੇਰੀ ਇੱਜ਼ਤ ਬਣੀ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਾਂ ਔਰ ਗੱਲ ਕੀਤਾ ਕਿ ਅਸੀਂ ਖਾਣਾ ਖਾਈਏ ਪਰ 2 ਤਾਰੀਖ ਨੂੰ ਮੇਰਾ ਖਿਆਲ ਦੁਬਾਰਾ ਚੀਚਾ ਵਰਤੀ ਤੇ ਅਸੀਂ ਜਲਸੇ ਦਾ ਪ੍ਰੋਗਰਾਮ ਰੱਖਿਆ ਕੋਈ ਇਨਸ਼ਾਅੱਲਾ ਤਾਲਾ ਫਾਈਨਲ ਤੇ ਹੈ ਅਗਰ ਫਿਰ ਵੀ ਕੋਈ ਉਹਦੇ ਚ ਤਰਮੀਮ ਹੋਈ ਤੇ ਮੈਂ ਤੁਹਾਨੂੰ ਪਹਿਲੇ ਆਗਾਹ ਕਰਾਂਗਾ ਲੇਕਿਨ ਉਹਦੇ ਵਾਸਤੇ ਅਸੀਂ ਕੋਸ਼ਿਸ਼ ਆਪਣੀ ਸ਼ੁਰੂ ਰੱਖੀਏ ਔਰ ਮੈਂ ਇਹ ਵੀ ਤੁਹਾਨੂੰ ਯਕੀਨ ਦਵਾਨਾ ਕਿ ਜਿਸ ਪਾਰਟੀ ਚ ਅਸੀਂ ਖੜੇ ਹਾਂ ਔਰ ਜੋ ਪਾਕਿਸਤਾਨ ਦੀ ਮੌਜੂਦਾ ਸੂਰਤ ਹਾਲ ਹੈ ਇਨਸ਼ਾਅੱਲਾ ਤਾਲਾ ਅੱਲਾ ਤਾਲਾ ਤੁਹਾਨੂੰ ਅੱਛੀ ਜਗ੍ਹਾ ਤੇ ਐਡਜਸਟ ਕਰੇਗਾ ਔਰ ਅਗਲੀ ਹਕੂਮਤ ਵਿਚ ਆਪਣਾ ਪੂਰਾ ਹਿੱਸਾ ਹੋਏਗਾ ਕਿ ਅਸੀਂ ਨਾ ਸਿਰਫ ਇਸ ਇਲਾਕੇ ਦੀ ਖਿਦਮਤ ਕਰੀਏ ਬਲਕਿ ਅੱਲਾ ਤਾਲਾ ਸਾਨੂੰ ਮਜ਼ੀਦ ਇੱਜ਼ਤ ਵੀ ਹੋਰ ਦੇਗਾ ਇਨਸ਼ਾਅੱਲਾ ਬਸ ਮੇਰੀ ਗੁਜ਼ਾਰਿਸ਼ ਇਹ ਸੀ ਕਿ ਮੈਂ ਬੜਾ ਮੈਨੂੰ ਮਾਣ ਹੈ ਆਪਣੇ ਇਲਾਕੇ ਦੇ ਆਪਣੇ ਭਰਾਵਾਂ ਤੇ ਬਜ਼ੁਰਗਾਂ ਤੇ ਇਨਸ਼ਾਅੱਲਾ ਤਾਲਾ ਇਹ ਸਾਡਾ ਪਿਆਰ ਔਰ ਇਹ ਸਾਡਾ ਇਖਲਾਕ ਕਿਵੇਂ ਚੱਲਦਾ ਰਹੇ ਔਰ ਅਸੀਂ ਇਨਸ਼ਾਅੱਲਾ ਰਲ ਕੇ ਇਸ ਇਲਾਕੇ ਦੀ ਖਿਦਮਤ ਕਰੀਏ ਔਰ ਜੋ ਵੀ ਮਤਲਬ ਜ਼ਿੰਦਗੀ ਦੇ ਮਾਮਲਾਤ ਹੁੰਦੇ ਨੇ ਉਹਨੂੰ ਰਲ ਕੇ ਇਕੱਠੇ ਲੈ ਕੇ ਚੱਲੀਏ ਬਹੁਤ ਮਿਹਰਬਾਨੀ ਸਭ ਦਾ ਬਹੁਤ ਸ਼ੁਕਰੀਆ।